ਪਟਿਆਲਾ ਨਾਭਾ ਰੋਡ ਤੇ ਦੋ ਟਰੱਕ ਆਪਸ ਵਿੱਚ ਭਿੜ ਗਏ ਜਿਸ ਕਾਰਨ ਟਰੱਕ ਚਾਲਕ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜ਼ਖਮੀਆਂ ਨੂੰ ਬਾਹਰ ਕੱਢਣ ਲਈ ਰਾਹਗੀਰਾਂ ਨੂੰ ਕਾਫੀ ਮੁਸ਼ਕਤ ਕਰਨੀ ਪਈ। ਮਰਨ ਵਾਲੇ ਟਰੱਕ ਡਰਾਈਵਰ ਦੇ ਸਹਿਯੋਗੀ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਿਹਾ ਟਰੱਕ ਸੜਕ ਦੇ ਬਿਲਕੁਲ ਵਿਚਕਾਰ ਆ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਅਸੀਂ ਰਾਜਪੁਰ ਤੋਂ ਗੱਡੀ ਭਰ ਕੇ ਆ ਰਹੇ ਸੀਗੇ। ਅੱਛਾ, ਇਹ ਰਾਜਪੁਰ ਦਾ ਆਪਣੇ ਸਾਈਡ ਆਉਂਦੇ ਸੀ, ਉੱਧਰੋਂ ਜਿਹੜੀ ਗੱਡੀ ਆਉਂਦੀ ਆ ਇਹ ਗੱਬੇ ਆਉਂਦੀ ਸੀ ਗੱਡੀ। ਠੀਕ ਹੈ, ਡਰਾਈਵਰ ਨੇ ਸਾਡੇ ਨਾਲ ਕੱਟ ਵੀ ਮਾਰਿਆ, ਫਿਰ ਵੀ ਉਹਨੇ ਗੱਡੀ ਉਹਦੇ ਬ੍ਰੇਕ ਨਹੀਂ ਲੱਗੇ ਹੈਗੇ, ਵਿੱਚ ਲਿਆ ਕੇ ਠੋਕ। ਮੌਕੇ ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜ਼ਖਮੀ ਨੂੰ ਹਸਪਤਾਲ ਭਰਤੀ ਕਰਵਾਇਆ ਹੈ। ਪਟਿਆਲਾ ਤੋਂ ਇੰਦਰਜੀਤ ਬਖਸ਼ੀ ਦੀ ਰਿਪੋਰਟ, ਜਗਬਾਣੀ ਟੀਵੀ।